ਸਤਿ ਸ਼੍ਰੀ ਅਕਾਲ ਦੋਸਤੋ। ਪੰਜਾਬ ਸਰਕਾਰ ਨੇ ਮੁਲਾਜ਼ਮ ਜੂਟੇ ਮੁਲਾਜ਼ਮ ਦੇ ਪੈਨਸ਼ਨ ਮੁਲਾਜ਼ਮ ਬਾਰੇ ਜਾਣ ਕੇ ਦੇਵਾਂਗੇ ਜੀ, ਪੇ ਕਮੇਰੀ ਬਾਰੇ ਜਾਣ ਕੇ ਦੇਵਾਂਗੇ ਜੀ। ਹੁਣ ਬੇਨਤੀ ਮੈਂ ਚੈਨਲ ਸਾਫ਼ ਸੁਥਰਾ ਕਰੋ ਜੀ। ਕੇਂਦਰ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਬਿਲਕੁਲ ਨਾਂਹ ਕਰ ਦਿੱਤੀ ਹੈ। ਜੋ NPS ਫੰਡ ਸੀ ਉਹ ਵੀ ਦੇਣ ਤੋਂ ਨਾਂਹ ਬਿਲਕੁਲ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੰਗ ਹੈ ਕਿ ਜੁਲਾਈ 2022 ਤੋਂ DHR ਨੂੰ ਵਾਧਾ ਕੀਤਾ ਜਾਵੇ, ਪੇ ਕਮੇਰੀ ਦਿੱਤਾ ਜਾਵੇ, ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਮੁਲਾਜ਼ਮ ਨੂੰ ਸ਼ੈਡੋ ਕੀਤਾ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜੋ ਮੀਟਿੰਗ ਦੇ ਵਿੱਚ ਵਾਅਦੇ ਹੋਏ ਸਨ, ਜਿਸ ਦੇ ਵਿੱਚ ਸੈਕਟਰ 2.59, ਸੈਕਟਰ 3.6 ਲਾਗੂ ਕੀਤਾ ਜਾਵੇ, ਜੋ ਪੇ ਕਮਿਸ਼ਨ ਏਰੀਅਰ ਦਿੱਤਾ ਜਾਵੇ, ਮਹਿੰਗਾਈ ਭੱਤੇ ਦਾ ਏਰੀਅਰ ਵੀ ਦਿੱਤਾ ਜਾਵੇ, ਕਿਉਂਕਿ ਜੁਲਾਈ 2021 ਤੋਂ ਬਕਾਇਆ ਹੈ ਉਹ ਏਰੀਅਰ ਰਹਿੰਦਾ ਪੰਜਾਬ ਸਰਕਾਰ ਵੱਲ ਦਿੱਤਾ ਜਾਵੇ। ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਮੁਲਾਜ਼ਮ ਨੂੰ ਡਾਇਰੈਕਟ ਕੀਤਾ। ਕੇਂਦਰ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਬਿਲਕੁਲ ਨਾਂਹ ਕਰ ਦਿੱਤੀ ਹੈ। ਜੋ NPS ਫੰਡ ਸੀ ਉਹ ਵੀ ਦੇਣ ਤੋਂ ਨਾਂਹ ਬਿਲਕੁਲ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੰਗ ਹੈ ਕਿ ਜੁਲਾਈ 2022 ਤੋਂ DHR ਨੂੰ ਵਾਧਾ ਕੀਤਾ ਜਾਵੇ, ਪੇ ਕਮਿਸ਼ਨ ਏਰੀਅਰ ਦਿੱਤਾ ਜਾਵੇ, ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਮੁਲਾਜ਼ਮ ਨੂੰ ਸ਼ੈਡੋ ਕੀਤਾ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜੋ ਮੀਟਿੰਗ ਦੇ ਵਿੱਚ ਵਾਅਦੇ ਹੋਏ ਸਨ, ਜਿਸ ਦੇ ਵਿੱਚ ਸੈਕਟਰ 2.59, ਸੈਕਟਰ 3.6 ਲਾਗੂ ਕੀਤਾ ਜਾਵੇ, ਜੋ ਪੇ ਕਮਿਸ਼ਨ ਏਰੀਅਰ ਦਿੱਤਾ ਜਾਵੇ, ਮਹਿੰਗਾਈ ਭੱਤੇ ਦਾ ਏਰੀਅਰ ਵੀ ਦਿੱਤਾ ਜਾਵੇ, ਕਿਉਂਕਿ ਜੁਲਾਈ 2021 ਤੋਂ ਬਕਾਇਆ ਹੈ ਉਹ ਏਰੀਆ ਰਹਿੰਦਾ ਪੰਜਾਬ ਸਰਕਾਰ ਵੱਲ ਦਿੱਤਾ ਜਾਵੇ। ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਮੁਲਾਜ਼ਮ ਨੂੰ ਡਾਇਰੈਕਟ ਕੀਤਾ ਜਾਵੇ। ਧੰਨਵਾਦ ਸਾਥੀਓ, ਮੇਰੇ ਚੈਨਲ ਸਬਸਕ੍ਰਾਈਬ ਕਰੋ। ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।